ਸਟਾਰਟ ਪੰਜਾਬ ਸਿਵਲ ਸੇਵਾ ਨਿਯਮਾਵਲੀ ਜਿਲਦ 2 ਦੇ ਨਿਯਮ 9 ਵਿੱਚ ਹੋਰਨਾਂ ਗੱਲਾਂ ਦੇ ਨਾਲ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਕਿਸੇ ਰਿਟਾਇਰ ਹੋਣ ਵਾਲੇ ਕਰਮਚਾਰੀ ਦੇ ਪੈਨਸ਼ਨ ਨਾਲ ਸੰਬੰਧਿਤ ਕਾਰਜ ਪੱਤਰ ਉਸ ਦੇ ਸੇਵਾ ਨਿਵਰਤੀ ਦੀ ਮਿਤੀ ਤੋਂ 2 ਸਾਲ ਪਹਿਲਾਂ ਹੀ ਲੋੜੀਂਦੀ ਕਾਰਵਾਈ ਲਈ ਹੱਥ ਵਿੱਚ ਲੈ ਜਾਣ ਤਾਂ ਜੋ ਵਕਤ ਸਿਰ ਦਿੱਕਤ ਪੇਸ਼ ਨਾ ਆਵੇ। ਡੰਡਿੰਗ ਇਸ ਬਾਰੇ ਬੋਰਡ ਵੱਲੋਂ ਵੀ ਸਮੇਂ ਸਮੇਂ 'ਤੇ ਇਹ ਹਦਾਇਤਾਂ ਸਮੂਹ ਦਫ਼ਤਰਾਂ ਨੂੰ ਭੇਜੀਆਂ ਜਾਂਦੀਆਂ ਰਹੀਆਂ ਹਨ ਕਿ ਇਸ ਘੇਰੇ ਵਿੱਚ ਆਉਂਦੇ ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ ਨੂੰ ਮਿਤੀ ਅੰਤ ਤੱਕ ਮੁਕੰਮਲ ਰੱਖਿਆ ਜਾਵੇ ਤਾਂ ਜੋ 50 ਜਾਂ 35 ਸਾਲ ਦੀ ਉਮਰ ਪੂਰੀ ਕਰਨ ਪਿੱਛੋਂ ਸੇਵਾ ਨਿਵਰਤ ਕਰਮਚਾਰੀ ਨੂੰ ਪੈਨਸ਼ਨ ਦੀ ਪ੍ਰਵਾਨਗੀ ਦੇਣ ਵਿੱਚ ਢਿੱਲ ਨਾ ਵਾਪਰੇ। ਡੰਡਿੰਗ ਉਹਨਾਂ ਕਰਮਚਾਰੀਆਂ ਦੇ ਕੇਸ ਵਿੱਚ ਜਿਨ੍ਹਾਂ ਦੇ ਵਪਾਰਕ ਪਰਿਵਾਰਕ ਪੈਨਸ਼ਨ ਕੇਸ ਨੂੰ ਕੁਝ ਟਾਲਣਯੋਗ ਕਾਰਨਾਂ ਕਰਕੇ ਅੰਤਿਮ ਰੂਪ ਨਾ ਦਿੱਤਾ ਜਾ ਸਕੇ, ਉੱਥੇ ਸੇਵਾ ਨਿਵਰਤ ਕਰਮਚਾਰੀ ਦੇ ਕਾਨੂੰਨੀ ਵਾਰਸਾਂ ਨੂੰ ਪੰਜਾਬ ਸਿਵਲ ਸੇਵਾ ਨਿਯਮਾਵਲੀ ਜਿਲਦ 2 ਦੇ ਨਿਯਮ 5 ਅਧੀਨ ਐਂਟੀਸਪੈਟਰੀ ਪੈਨਸ਼ਨ ਦੀ ਆਗਿਆ ਦਿੱਤੀ ਜਾਵੇ। ਡੰਡਿੰਗ ਇਹ ਵੇਖਣ ਵਿੱਚ ਆਇਆ ਹੈ ਕਿ ਉਕਤ ਵਿਸ਼ੇ ਉੱਪਰ ਸਮੇਂ ਸਮੇਂ ਜਾਰੀ ਕੀਤੀਆਂ ਹਦਾਇਤਾਂ ਦੇ ਬਾਵਜੂਦ ਬਹੁਤੇ ਦਫ਼ਤਰ ਇਸ ਕੰਮ ਨੂੰ ਉਚਿਤ ਮਹੱਤਤਾ ਨਹੀਂ ਦਿੰਦੇ, ਜਿਸ ਦੇ ਨਤੀਜੇ ਵਜੋਂ ਸੇਵਾ ਨਿਵਰਤ ਕਰਮਚਾਰੀਆਂ ਦੇ ਕਾਨੂੰਨੀ ਵਾਰਸਾਂ ਨੂੰ ਭਾਰੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੰਡਿੰਗ ਚੇਅਰਮੈਨ ਸਾਹਿਬ ਨੇ ਇਸ ਮਾਮਲੇ ਨੂੰ ਬਹੁਤ ਸੰਜੀਦਗੀ ਨਾਲ ਲਿਆ ਹੈ ਅਤੇ ਉਹਨਾਂ ਨੇ ਇਹ ਇੱਛਾ ਪ੍ਰਗਟ ਕੀਤੀ ਹੈ ਕਿ ਸੇਵਾ ਨਿਵਰਤੀ ਦੀ ਮਿਤੀ ਤੋਂ ਉੱਤਰਵਰਤੀ ਮਹੀਨੇ ਦੀ 14 ਤਰੀਕ ਤੱਕ ਸੇਵਾ ਨਿਵਰਤ ਹਰੇਕ ਕਰਮਚਾਰੀ ਦੇ ਹਿੱਤ ਵਿੱਚ ਅੰਤਿਮ ਪੈਨਸ਼ਨ ਅਦਾਇਗੀ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਉਹ ਆਪਣੇ ਪੈਨਸ਼ਨ ਆਉਂਦੇ ਮਹੀਨੇ ਦੀ 1 ਤਰੀਕ ਤੋਂ ਕਢਵਾ ਸਕੇ। ਡੰਡਿੰਗ ਕਾਰਜ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਮੁੱਖ ਲੇਖਾ ਅਫਸਰ ਨੇ ਵੀ ਇੱਛਾ ਪ੍ਰਗਟਾਈ ਹੈ ਕਿ ਸੇਵਾ ਨਿਵਰਤ ਕਰਮਚਾਰੀਆਂ ਦੇ ਹਰ ਪੱਖੋਂ ਸੰਪੂਰਨ ਕੇਸ ਉਹਨਾਂ ਦੇ ਦਫ਼ਤਰ ਨੂੰ ਕਰਮਚਾਰੀ ਦੀ ਸੇਵਾ ਨਿਵਰਤੀ ਦੀ ਮਿਤੀ ਦੇ ਉੱਤਰਵਰਤੀ ਮਹੀਨੇ ਦੀ 2 ਤਰੀਕ ਤੱਕ ਹਰ ਹਾਲਤ ਵਿੱਚ ਪਹੁੰਚ ਜਾਣੇ ਚਾਹੀਦੇ ਹਨ ਤਾਂ ਜੋ ਉਹਨਾਂ ਦੇ ਦਫ਼ਤਰ ਵੱਲੋਂ ਯੋਗ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇ। ਡੰਡਿੰਗ ਇਸ ਨਿਸ਼ਾਨੇ ਦੀ ਪੂਰਤੀ ਲਈ ਇਸ ਪੱਤਰ ਸਹਿਤ ਇਹ ਗੱਲ ਮੁੜ ਦੁਹਰਾਈ ਜਾਂਦੀ ਹੈ ਕਿ ਉਹਨਾਂ ਸਾਰੇ ਕਰਮਚਾਰੀਆਂ ਦਾ ਸੇਵਾ ਰਿਕਾਰਡ ਅਤੇ ਸੇਵਾ ਪੱਤਰੀਆਂ ਹਰ ਲਿਹਾਜ ਨਾਲ ਮੁਕੰਮਲ ਕਰਨ ਉਪਰੰਤ ਲੋੜੀਂਦੇ ਸਰਟੀਫਿਕੇਟ ਦੀ ਪ੍ਰਾਪਤੀ ਲਈ ਮੁੱਖ ਲੇਖਾ ਅਫਸਰ ਨੂੰ ਭੇਜੀਆਂ ਜਾਣ। ਡੰਡਿੰਗ ਇਸੇ ਤਰ੍ਹਾਂ ਅਜਿਹੇ ਕਰਮਚਾਰੀਆਂ ਬਾਰੇ ਸੰਬੰਧਿਤ ਦਫ਼ਤਰਾਂ ਤੋਂ ਵਕਤ ਸਿਰ ਇਹ ਸਰਟੀਫਿਕੇਟ ਵੀ ਪ੍ਰਾਪਤ ਕੀਤੇ ਜਾਣ ਕਿ ਸੇਵਾ ਨਿਵਰਤ ਹੋਣ ਵਾਲੇ ਕਰਮਚਾਰੀ ਵੱਲੋਂ ਕੁਝ ਵੀ ਬਕਾਇਆ ਨਹੀਂ। ਡੰਡਿੰਗ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਕੰਮ ਨੂੰ 2 ਚਰਨਾਂ ਵਿੱਚ ਨਿਪਟਾਇਆ ਜਾਵੇ। ਡੰਡਿੰਗ ਪਹਿਲੇ ਚਰਨ ਵਿੱਚ ਉਹਨਾਂ ਕਰਮਚਾਰੀਆਂ ਦੇ ਕੇਸ ਬਾਰੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੀ ਉਮਰ 55 ਸਾਲ ਹੋ ਗਈ ਹੈ, ਜਦਕਿ ਦੂਜੇ ਚਰਨ ਵਿੱਚ ਉਹਨਾਂ ਦੀ ਉਮਰ 50 ਸਾਲ ਮੁਕੰਮਲ ਹੋ ਗਈ ਹੈ। ਡੰਡਿੰਗ ਪਹਿਲੇ ਚਰਨ ਨੂੰ ਦੂਜੇ ਚਰਨ ਨਾਲੋਂ
ਪਰਮ ਅਗੇਤਤਾ ਦਿੱਤੀ ਜਾਵੇ ਡੰਡਿੰਗ। ਇਸ ਕਾਰਜ ਦੀ ਮਹੱਤਤਾ ਨੂੰ ਹੋਰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਖੇਤਰ ਵਿੱਚ ਵਰਤੀ ਅਣਗਹਿਲੀ ਲਈ ਮੰਡਲ ਦਫ਼ਤਰਾਂ ਵਿੱਚ ਮੰਡਲ ਸੁਪਰਡੈਂਟ ਅਤੇ ਮੰਡਲ ਲੇਖਾਕਾਰ ਜਦੋਂ ਕਿ ਸਰਕਲ ਦਫ਼ਤਰਾਂ ਵਿੱਚ ਸਰਕਲ ਸੁਪਰਡੈਂਟ ਜ਼ਿੰਮੇਵਾਰ ਹੋਵੇਗਾ। ਡੰਡੀ।